ਛਬੀਲ ਪੀਣ ਦੇ ਲਈ ਰੁਕਿਆ ਸੀ ਪਰਿਵਾਰ, ਪਿੱਛੋਂ ਬੱਸ ਨੇ ਮਾਰੀ ਟੱਕਰ, ਦਰੜ ਗਈ 10 ਮਹੀਨੇ ਦਾ ਜਵਾਕ। ਤਾਂ ਦੱਸਦੇ ਕਿ ਇਸ ਪਰਿਵਾਰ ਨੂੰ ਛਬੀਲ ਪੀਣਾ ਮਹਿੰਗਾ ਪੈ ਗਿਆ, ਜਿੱਥੇ ਇਹਨਾਂ ਦੇ 10 ਮਹੀਨੇ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਛਬੀਲ ਪੀਣ ਦੇ ਲਈ ਰਸਤੇ ਦੇ ਵਿੱਚ ਰੁਕਿਆ ਸੀ, ਤਾਂ ਪਿੱਛੋਂ ਇੱਕ ਬੱਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ, ਜਿਸ ਦੇ ਵਿੱਚ ਇਹ ਬੱਸ ਇਹਨਾਂ ਦੇ 10 ਮਹੀਨੇ ਦੇ ਜਵਾਕ ਨੂੰ ਦਰੜ ਦਿੰਦੀ ਹੈ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸਦੇ ਕਿ ਇਸ ਹਾਦਸੇ ਦੇ ਵਿੱਚ 2 ਲੋਕ ਗੰਭੀਰ ਜ਼ਖਮੀ ਵੀ ਹੋਏ ਨੇ। ਤਾਂ ਪੂਰਾ ਮਾਮਲਾ ਜਲਾਲਾਬਾਦ ਦਾ ਦੱਸਿਆ ਜਾ ਰਿਹਾ, ਜਿੱਥੇ ਇਹ ਪਰਿਵਾਰ ਛਬੀਲ ਪੀਣ ਦੇ ਲਈ ਰੁਕਦਾ ਹੈ, ਤਾਂ ਪਿੱਛੋਂ ਬੱਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ 10 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਪੁਲਿਸ ਦੇ ਵੱਲੋਂ ਵੀ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਟੱਕਰ ਮਾਰਨ ਵਾਲੀ ਬੱਸ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਹੁਣ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ, ਜਿੱਥੇ 10 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਹੈ। ਤਾਂ ਇੱਕ ਰੋਡਵੇਜ ਦੀ ਬੱਸ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ, ਤਾਂ ਟੱਕਰ ਦੇ ਵਿੱਚ ਉਹ 10 ਮਹੀਨੇ ਦੇ ਜਵਾਕ ਨੂੰ ਦਰੜ ਦਿੰਦੀ ਹੈ ਤੇ ਮੌਕੇ 'ਤੇ ਹੀ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ। ਬਸ ਇਹ ਖੜੇ ਸੀਗੇ, ਪਿੰਡੋਂ ਆ ਰਹੇ ਸੀ ਘਰੋਂ, ਤੇ ਬਸ ਮਗਰੋਂ ਲਿਆ ਕੇ ਮਾਰਤੀ ਉਹਨੇ, ਮੋਟਰਸਾਈਕਲ ਤੇ ਗਏ ਸੀਗੇ ਤੇ ਸਾਈਡ ਤੇ ਖੜੇ ਸੀਗੇ ਤੇ ਕਾਕੂ ਛੋਟਾ ਕਾਕੂ ਗਿਆ 10 ਮਹੀਨਿਆਂ ਦਾ, ਉਹਦੀ ਡੈਥ ਹੋ ਗਈ ਥੱਲੇ ਟਾਇਰ ਤੇ ਆ ਗਿਆ। ਤੇ ਇਹ ਕਿੰਨੇ ਜਣੇ ਫੱਟੜ, ਕਿੰਨੇ ਜਣੇ ਹੋਏ ਨੇ? ਇਹ 3 ਜਣੇ ਫੱਟੜ, ਇੱਕ ਤਾਂ ਡੈਥ ਹੋ ਗਈ ਕਾਕੂ ਦੀ ਥਾਂ, 2 ਫੱਟੜ ਹੋ ਗਏ। ਸਰ ਇਹ ਪੀਰ ਮੰਦ ਬੱਸ ਸਟੈਂਡ ਤੇ ਇਹ ਪਰਿਵਾਰ ਹੈ, ਇਹ ਪਰਿਵਾਰ ਮੋਟਰਸਾਈਕਲ ਤੇ ਸਵਾਰ ਸੀ। ਪਤਾ ਲੱਗਿਆ ਵੀ ਉੱਥੇ ਛਬੀਲ ਲੱਗੀ ਸੀ ਪਾਣੀ ਵਾਲੀ, ਇਹ ਵਿਚਾਰੇ ਪਾਣੀ ਪੀਣ ਲੱਗੇ ਤੇ ਪਿੱਛੋਂ ਬੱਸ ਆਈ ਹੈ ਰੋਡਵੇਜ ਦੀ, ਉਹਦੇ ਨਾਲੇ ਟਕਰਾ ਕੇ ਜਿਹੜਾ ਬੱਚਾ ਗਿਰ ਕੇ ਥੱਲੇ ਟਾਇਰ ਦੇ ਥੱਲੇ ਆ ਗਿਆ ਜੀ, ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਹੈ। ਅਤੇ ਅਸੀਂ ਮੌਕੇ 'ਤੇ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਹਾਂ ਅਤੇ ਜਿਹੜੀ ਡਰਾਈਵਰ ਅਨਨੋਨ ਬੱਸ ਰੋਡਵੇਜ ਦੀ ਕਬਜ਼ਾ ਪੁਲਿਸ ਵਿੱਚ ਹੈ, ਉਹਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ। ਬੱਸ ਸਹੀ, ਬੱਸ ਨੂੰ ਨੱਤ ਕੀਤਾ, ਬੱਸ ਗਈ ਸਪੀਡ 'ਚ, ਅੱਗੋਂ ਦੀ ਲਿਆ ਕੇ ਉਹਨੇ ਕੱਟ ਮਾਰਿਆ ਬੱਸ ਵਾਲੇ ਨੇ, ਪੈਂਡਰ ਲੜਿਆ ਨਾਲ ਮੋਟਰਸਾਈਕਲ ਨਾਲੇ ਲਈ ਗਈ ਸਾਨੂੰ। ਅਸੀਂ ਇਸ ਸਾਈਡ, ਉਹ ਮੁੰਡਾ ਵੱਡਾ ਅੱਗੇ ਬੈਠਾ ਹੋਇਆ ਸੀ, ਅਸੀਂ ਇਸ ਸਾਈਡ ਅੱਗੇ, ਇਹ ਬੱਚਾ ਇਹਦੇ ਕੋਲ ਸੀ ਪਿੱਛੇ, ਇਹ ਇਸ ਸਾਈਡ ਦੂਸਰੀ ਸਾਈਡ ਡਿੱਗ ਪਿਆ। ਮੈਂ ਤਾਂ ਬਾਅਦ 'ਚ ਦੇਖਿਆ ਤੇ ਪਹਿਲਾਂ ਤਾਂ ਇੱਕ ਬੇਹੋਸ਼ ਜੀ ਹੋ ਗਈ, ਫਿਰ ਦੇਖਿਆ ਬੱਚੇ ਨੂੰ ਮੈਂ ਬੱਸ ਥੱਲੋਂ ਵੇਖਿਆ ਤੇ ਮੁੱਕਿਆ ਸੀ, ਡੈਡੀ ਸੀ ਬੱਚਾ ਦਾ, ਤੇ ਚੱਕਿਆ ਤੇ ਬੱਚੇ ਨੂੰ ਵੇਖ ਕੇ ਜ਼ਿਆਦਾ ਹੋ ਗਈ, ਕਈ ਤਰ੍ਹਾਂ ਰੋਣ ਲੱਗ ਗਈ ਪਹਿਲਾਂ, ਤਾਂ ਬਾਅਦ 'ਚ ਹੋ ਗਈ ਬਸ ਸਦਮੇ ਸਦਮੇ ਚਲੀ ਗਈ ਬਾਅਦ 'ਚ। ਇਹ ਹਾਦਸਾ ਹੋਇਆ ਕਿੱਥੇ ਸੀ, ਕਿਹੜੀ ਥਾਂ 'ਤੇ? ਪੀਰ ਮਾਮਾ ਰਿਹਾ ਆਪਣੇ ਅਮੀਰ ਕਾਜ ਤੋਂ, ਆਪਣੇ ਟੂਲ ਟੈਕਸ ਤੁਰ ਆਈ ਹੈ ਥੋੜ੍ਹੀ ਜਿਹੀ। ਅੱਛਾ, ਟੂਲ ਟੈਕਸ ਤੁਰ ਆਉਂਦਾ ਜਿਹੜਾ, ਪੀਰ ਮਾਮਾ ਤੋਂ ਰਹੇ ਸੀਗੇ। ਅਸੀਂ ਆ ਰਹੇ ਸੀ ਆਪਣੇ ਪੰਜੇ ਕਤਾੜ ਤੋਂ। ਕਿੱਥੇ ਜਾਣਾ ਸੀਗਾ? ਮੰਡੀ ਲਾਦੂਗਾ। ਘਰ ਤੁਹਾਡਾ ਕਿੱਥੇ? ਮੰਡੀ ਲਾਦੂਗਾ, ਪਿੰਡ ਫਤਿਹਗੜ੍ਹ। ਤੁਸੀਂ ਕੰਮ ਗਏ ਸੀਗੇ? ਤੁਸੀਂ? ਅਸੀਂ ਉੱਥੇ ਚੋਣਾਂ ਲਾਉਣ ਗਏ ਹੋਏ ਸੀ। ਕੀ ਮੰਗ ਕਰਦੇ?
ਮੰਗੋ ਨਾ ਜੋ ਵੀ ਹੈ ਸਰਕਾਰ ਵੱਲੋਂ, ਨਾ ਤਾਂ ਮੇਰਾ ਬੱਚਾ ਤਾਂ ਮੈਨੂੰ ਮਿਲ ਸਕਦਾ, ਵੱਧ ਤੋਂ ਵੱਧ ਹੈ ਜੋ ਵੀ ਅਜੇ ਵੀ ਹੋਰ ਨਹੀਂ। ਤੇ ਬੱਸ ਵਾਲੇ ਨੇ ਸੰਭਾਲਿਆ ਨੀ ਤੁਹਾਨੂੰ, ਫਿਰ ਚੱਕ ਕੇ ਲੈ ਕੇ ਨੀ ਗਿਆ ਹਸਪਤਾਲ? ਬੱਸ ਤਾਂ ਉਹ ਰੁਕੀ ਸੀ, ਬਾਅਦ ਚ ਥੋੜੀ ਦੇਰ ਰੁਕੀ ਗਏ, ਚਲਾ ਲਗੇ, ਸਵਾਰੀਆਂ ਵਿੱਚ ਉਤਰੀਆਂ ਸੀ ਪਹਿਲਾਂ ਤਾਂ, ਬੱਸ ਖੜੀ ਸੀ, ਉਤਰੀਆਂ ਨੀ। ਮੰਨ ਲਓ ਚੱਕਿਆ ਸਾਨੂੰ ਵੀ, ਡਰਾਈਵਰ ਤਾਂ ਉਹ ਨਿਕਲ ਗਿਆ, ਉਦੋਂ ਬੱਸ ਤਾਂ ਖੜੀ ਸੀ, ਭੱਜ ਗਿਆ ਸੀਗਾ। ਸਾਨੂੰ ਤਾਂ ਹੁਣ ਪਤਾ ਨੀ, ਸਾਨੂੰ ਤਾਂ ਬੱਚੇ ਦੀ ਬਣ ਗਈ, ਬੱਚੇ ਨੂੰ ਦੇਖ ਕੇ ਤੈਨੂੰ ਪਤਾ ਫਿਰ ਮਾਂ ਪਿਓ ਦੇ, ਡਰਾਈਵਰ ਦਾ ਪਤਾ ਹੀ ਨੀ ਲੱਗਿਆ। ਮੈਂ ਤਾਂ ਦੇਖਣ ਵੀ ਗਿਆ, ਮੈਂ ਤਾਂ ਗਾਲੀ ਵੀ ਕੱਢੀਆਂ ਡਰਾਈਵਰ ਨੂੰ, ਤੋ ਵਿੱਚ ਸੀਗਾ ਹੀ ਨੀ ਡਰਾਈਵਰ ਜਦੋਂ ਤੱਕ ਮੈਂ ਗਿਆ ਸੀ ਕਨੈਕਟਰ ਸਾਈਡ ਵਾਲੀ। ਮੈਂ ਬਾਹਰ ਆ, ਮੈਂ ਕਿਹਾ ਤੂੰ ਕੀਤਾ ਕੀ ਤੂੰ ਮੇਰੇ ਨਾਲ, ਨਹੀਂ ਬੱਚਾ ਪਿਛਲੇ ਚੱਕੇ ਤੇ ਲਿਆਇਆ ਉਹਨੇ, ਯੱਕ ਦਾ ਮੋਟਰ ਮੋੜੀ ਬੱਸ ਨਾ ਤੇ ਅਗਲੀ ਬਾਰੀ ਅੜ ਗਈ ਹੈਂਡਲ ਨਾਲ, ਤੇ ਮੋਟਰਸਾਈਕਲ ਇਸ ਸਾਈਡ ਫਿਰ ਡਿੱਗ ਗਿਆ, ਥੋੜ੍ਹੀ ਦੇਰ ਅੱਗੇ ਰਿੜਿਆ ਮੋਟਰਸਾਈਕਲ, ਫਿਰ ਇੱਧਰ ਡਿੱਗ ਗਏ ਸੀ, ਤਾਂ ਵੱਡਾ ਮੁੰਡਾ ਸੀ ਨਾਲ ਅੱਗੇ ਬੈਠਾ ਹੋਇਆ, ਤੇ ਇਹ ਪਿੱਛੇ ਬੈਠੇ ਸੀਗੇ, ਤੇ ਇਹ ਦੂਸਰੀ ਸਾਈਡ ਡਿੱਗ ਗਿਆ ਦੋਨੇ, ਛੋਟਾ ਬੱਚਾ ਤੇ ਵਾਈਫ। ਅਸੀਂ ਖੜੇ ਸੀ ਪਾਣੀ ਪਾਣੀ ਪੀ ਕੇ, ਗਲਾਸੀਆਂ ਜੀ ਵਾਪਸ ਦਿੱਤੀਆਂ ਹੀ ਨੇ, ਉਹ ਦੂਸਰਾ ਮੁੰਡਾ ਸੀਗਾ ਉਹ ਲੈ ਕੇ ਇੱਧਰ ਗਿਆ, ਅਜੇ ਮੋਟਰਸਾਈਕਲ ਸਾਡਾ ਸਟਾਰਟ ਹੀ ਖੜਾ ਸੀ, ਮੋਟਰਸਾਈਕਲ ਤੋਰਨਾ ਹੀ ਸੀ ਜੀ, ਉੱਧਰੋਂ ਪਿੱਛੇ ਦੀ ਬੱਸ ਆ ਗਈ, ਵਾਹਵਾ ਰਫਤਾਰ ਸੀ। ਕਿੰਨੀ ਉਮਰ ਹੈ ਬੱਚੇ ਦੀ? ਠੰਡਾ ਪਾਣੀ ਪੀਣ ਲੱਗੇ ਸੀਗੇ, ਤੇ ਇਹ ਬੱਸ ਰੁਕੀ, ਮੰਨ ਲੋ ਬੱਸ ਤੇ ਅੱਗੇ ਚੱਲੇ ਸੀਗੇ, ਤੇ ਇਹ ਨੀ ਪਤਾ ਵੀ ਚੱਕਦਮ ਕਿਵੇਂ ਬੱਸ ਆਣ ਕੇ ਵਿੱਚ ਇਹਨਾਂ ਦੇ ਵੱਜ, ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਹਸਪਤਾਲ ਲੈ ਕੇ ਆ ਗਏ ਸੀਗੇ। ਪਰ ਸਾਨੂੰ ਇਨਸਾਫ ਚਾਹੀਦਾ, ਜਿਹੜਾ ਬੱਸ ਵਾਲਾ ਸੀ ਬੱਸ ਮਾਰੀ ਉਹਦੇ ਕੋਲ, ਉਹਦੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਕੀ ਮੌਤ ਕਿਹਦੀ 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 ਹੋਈ ਮੌਤ? ਕਾਕੂ ਦੀ, ਛੋਟੇ ਦੀ। ਕੀ ਨਾਂ ਸੀਗਾ ਬੱਚੇ ਦਾ? ਉਹਦੇ ਨਾਲ ਸੁਖਚੈਨ। ਤੇ ਹੋਰ ਵੀ ਜ਼ਖਮੀ ਹੋਏ ਨੇ ਕੋਈ? ਹਾਂਜੀ, ਇੱਕ ਮੇਰਾ ਭਰਾ ਸੀਗਾ ਤੇ ਇੱਕ ਬਾਬੀ ਹੈ ਮੇਰੀ। ਭਰਾ ਦਾ ਕੀ ਨਾਂ ਹੈ? ਪਾਲਾ ਸਿੰਘ। ਤੇ ਭਰਜਾਈ ਦਾ? ਪ੍ਰੀਤ ਕੌਰ। ਤੇ ਕਿਵੇਂ ਨੇ ਹਾਲਾਤ ਉਹਦੇ? ਹਾਲਾਤ ਪਾਪੀ ਤੇ ਮੇਰੇ ਠੀਕ ਨਹੀਂ ਹੈ ਜੀ, ਬੋਲਦੇ ਵੀ ਨਹੀਂ, ਤੇ ਭਰਾ ਮੇਰਾ ਥੋੜ੍ਹਾ ਜਿਹਾ ਸਹੀ ਹੈ, ਵੀ ਤੁਰ ਫਿਰ ਲੈਂਦਾ, ਬੋਲਦਾ ਫਿਰਦਾ। ਇਹ ਕਿੱਥੇ ਹਾਦਸਾ ਹੋਇਆ? ਕਿੱਥੇ? ਜਲਾਲਾਬਾਦ। ਕੀ ਮੰਗ ਕਰਦੇ ਹੋ? ਸਾਨੂੰ ਮੰਗ ਹੈ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਭਰਾ ਤਾਂ ਤੁਸੀਂ ਮੰਨ ਲਓ ਬਹੁਤ ਜ਼ਿਆਦਾ ਗਰੀਬ ਹੈ, ਪਿਓ ਤਾਂ ਸਾਡਾ ਹੈ ਨਹੀਂ ਸਿਰ ਤੇ, ਮਾਂ ਹੈਗੀ ਹੈ ਇੱਕ, ਭਰਾ ਜਿਹੜਾ ਮੁੱਕਿਆ ਉਹਦਾ ਮੁੰਡਾ ਹੈ, ਦੋ ਇਹ ਆ, ਤਿੰਨ ਸੀਗੇ ਤਿੰਨਾਂ ਨੂੰ, ਹੁਣ ਤੁਸੀਂ ਦੱਸੋ ਵੀ ਇੱਕ ਜਣਾ ਕਿੰਨਾ ਕਮਾ ਕੇ ਚਾਰ ਪੰਜ ਬੰਦੇ ਨੂੰ ਖਵਾ ਸਕਦਾ, ਮਜ਼ਦੂਰੀ ਵੀ ਨਹੀਂ ਮਿਲਦੀ ਸੀ। ਕਿਹਦੀ ਮੌਤ ਪਹਿਲਾਂ ਕਿਹਦੀ ਹੋਈ ਸੀ? ਮੇਰੇ ਭਰਾ ਦੀ। ਪਹਿਲਾਂ ਵੀ ਭਰਾ ਇੱਕ? ਹਾਂਜੀ ਪਹਿਲਾਂ ਵੀ। ਉਹ ਕਿਵੇਂ ਹੁੰਦੀ ਸੀ? ਉਹ ਵੀ ਐਕਸੀਡੈਂਟ ਤੇ ਚੱਲਿਆ ਸੀ, ਗੁਰੂ ਸਾਹਿਬ ਉਹ ਸਹੁਰੇ ਤੇ ਚੱਲਾ ਸੀਗਾ, ਤੇ ਉਹਦੇ ਵੀ ਸਿਰ ਵਾਲੀ ਸੱਟ ਲੱਗੀ ਸੀ, ਉਹਦਾ ਵੀ ਐਕਸੀਡੈਂਟ ਹੋ ਗਿਆ ਸੀ। ਇਹ ਕਦੋਂ ਦੀ ਗੱਲ ਹੈ? ਇਹ ਹੋ ਗਿਆ 3 ਸਾਲ ਹੋ ਗਏ, ਉਦੋਂ ਸਾਡੀ ਸੁਣਾਈ ਹੋਈ ਨਹੀਂ, ਅਸੀਂ ਕੋਸ਼ਿਸ਼ ਵੀ ਬੜੀ ਕੀਤੀ ਸੀ ਪਰ ਸਾਡੀ ਸੁਣਾਈ ਨਹੀਂ ਹੋਈ। ਤੇ ਸਾਨੂੰ ਇਸ ਸਮੇਂ 'ਚ ਸਾਨੂੰ ਇਸ ਜਿਹੜਾ ਐਕਸੀਡੈਂਟ ਹੋਇਆ ਇਹਦੇ 'ਚ ਸਾਨੂੰ ਇਨਸਾਫ਼ ਮਿਲਣਾ ਚਾਹੀਦਾ।